ਬਿਲਕੁਲ ਅਸੀਂ ਖੜੇ ਆ ਪਿੰਡ ਹਰੀਨਾਉ ਹਰੀਨਾਉ ਵਿਖੇ ਗੁਰਪ੍ਰੀਤ ਸਿੰਘ ਹਰੀਨਾਉ ਦਾ ਮਰਡਰ ਹੋ ਜਾਂਦਾ ਤੇ ਮਰਡਰ ਦੀ ਗੱਲ ਕਰੀਏ ਤਾਂ 5 ਦਿਨ ਅੱਜ ਹੋ ਗਏ ਨੇ ਤੇ ਲੇਕਿਨ ਪੋਸਟਮਾਰਟਮ ਵੀ ਨਹੀਂ ਹੋਇਆ ਤੇ ਪਰਿਵਾਰ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਗਿਆ ਕਿ ਅਸੀਂ ਨਾ ਹੀ ਪੋਸਟਮਾਰਟਮ ਕਰਾਵਾਂਗੇ ਨਾ ਹੀ ਅਸੀਂ ਸੰਸਕਾਰ ਕਰਾਂਗੇ ਜਿੰਨਾ ਚਿੱਕਰ ਰੋਪੀ ਹੈ ਜਿਹੜੇ ਉਹ ਫੜੇ ਨਹੀਂ ਜਾਂਦੇ ਕਿਉਂਕਿ ਮਾਰਨ ਵਾਲੇ ਹਮਲਾਵਰ ਦੀਆਂ ਵੀਡੀਓ ਵੀ ਪ੍ਰਸ਼ਾਸਨ ਨੇ ਜਾਰੀ ਕਰ ਦਿੱਤੀਆਂ ਲੇਕਿਨ ਹਜੇ ਤੱਕ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੰਘਾ ਤੇ ਪੁਲਿਸ ਨੇ ਕਈ ਵਿਅਕਤੀਆਂ ਨੂੰ ਪੁੱਛਗਿੱਸਤਾ ਕੀਤੀ ਆ ਪੁੱਛਗਿੱਸ ਕਰਕੇ ਉਹਨਾਂ ਨੂੰ ਉਹ ਸ਼ਾਮਲ ਤਬਰੀਸ਼ ਕੀਤਾ ਕਿ ਕੇਸਾਂ ਤੋਂ ਪ੍ਰੋਕਸੀ ਬਣਨ ਤੇ ਵੀ ਜੇਲ੍ਹਾਂ ਵਿੱਚ ਲਿਆਂਦਾ ਗਿਆ ਤਾਂ ਲੇਕਿਨ ਸਨ ਸਖਰਾ ਸਿੰਘ ਨੇ ਸਖਾਰਾ ਸਿੰਘ ਜੀ ਪੁਲਿਸੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜੀ ਹਜੇ ਤੱਕ ਦੀ ਚੱਲ ਰਹੀ ਆ ਜਿਵੇਂ ਬੰਦੇ ਜਿਹੜੇ ਸ਼ੱਕੀ ਆ ਜਿਨ੍ਹਾਂ ਨੇ ਜਿਹੜੇ ਇਸ ਕਾਰਨਾਮੇ ਚ ਪਹਿਲਾਂ ਇਨਵੋਲਵਮੈਂਟ ਰਹਿੰਦੇ ਆ ਇਦਾਂ ਦੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਤਾਂ ਅੱਜ ਤੱਕ ਜੋ ਚੱਲ ਰਿਹਾ ਠੀਕ ਆ ਪਰ ਫਿਰ ਵੀ ਇਹਨਾਂ ਦੇ ਹੱਥ ਅਜੇ ਤੱਕ ਖਾਲੀ ਆ ਪਰਿਵਾਰ ਇਸ ਗੱਲ ਦੇ ਲਈ ਆਸਵੰਦ ਆ ਕਿ ਜਿਹੜੇ ਲੋਕ ਇਸ ਚ ਇਨਵੋਲਵ ਜਿਹੜੇ ਲੋਕਾਂ ਨੇ ਕੀਤਾ ਜਿਹੜੇ ਨੇ ਕਰਾਇਆ ਜਿਹੜੇ ਬੰਦੇ ਮਾਰ ਕੇ ਗਏ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੋ ਉਸ ਦੇ ਇਹ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਸੀਗਾ ਕਿ ਕੁਝ ਕੁ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਇਨਫਲੂਐਂਸਰ ਆ ਜਿਹੜੇ ਉਹ ਇੱਕ ਇਸ ਤਰੀਕੇ ਦੇ ਨਾਲ ਨੈਰੇਟਿਵ ਬਿਲਡ ਕਰ ਰਹੇ ਆ ਉਸ ਨੈਰੇਟਿਵ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਇਹ ਇੱਕ ਕਤਲ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਆ ਜਿਹੜਾ ਅੱਜ ਦਾ ਮਾਹੌਲ ਚੋਣਾ ਦਾ ਮਾਹੌਲ ਚੱਲ ਰਿਹਾ ਉਹਦੇ ਸੰਦਰਭ ਦੇ ਵਿੱਚ ਪਰ ਪਰਿਵਾਰ ਨੇ ਉਸ ਗੱਲ ਦਾ ਖੰਡਨ ਕੀਤਾ ਵੀ ਇਹ ਜਿਹੜਾ ਮਾਹੌਲ ਆ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਨਹੀਂ ਆ ਇੱਕ ਸਿੱਖ ਨੌਜਵਾਨ ਦਾ ਕਤਲ ਹੋਇਆ ਜਜਬਾਤੀ ਸੀ ਪੰਥਕ ਸਫਾ ਦੇ ਵਿੱਚ ਵਿਚਰਨ ਵਾਲਾ ਸੀ ਹਰ ਇੱਕ ਪੰਜਾਬ ਪੱਖੀ ਪੰਥ ਪੱਖੀ ਜਿੱਥੇ ਕੋਈ ਪ੍ਰੋਟੈਸਟ ਹੁੰਦਾ ਜਾਂ ਕੋਈ ਗੱਲ ਹੁੰਦੀ ਹੈ ਉਹਦੇ ਵਿੱਚ ਜਾ ਕੇ ਆਪਣੀ ਯੋਗਦਾਨ ਪਾਉਣ ਵਾਲਾ ਨੌਜਵਾਨ ਸੀ ਜਿਹਦਾ ਕਤਲ ਹੋਇਆ ਇਸ ਸੰਦਰਭ ਦੇ ਵਿੱਚ ਪਰਿਵਾਰ ਨੇ ਅੱਜ ਕਲੈਰੀਫਿਕੇਸ਼ਨ ਜਿਹੜੀ ਦਿੱਤੀ ਆ ਉਹ ਕਿਉਂਕਿ ਬਾਹਰ ਸੀ ਨੌਜਵਾਨ ਇਹ ਉਹਦਾ ਭਰਾ ਸੀ ਛੋਟਾ ਬਾਹਰ ਸੀ ਅੱਜ ਜਦੋਂ ਵਾਪਸ ਆਇਆ ਇੱਕ ਦਿਨ ਪਹਿਲਾਂ ਤੇ ਹੁਣ ਇਹਨਾਂ ਨੇ ਜਿਹੜਾ ਮੀਡੀਆ ਦੇ ਵਿੱਚ ਆਪਣਾ ਉਹ ਬਿਆਨ ਦਿੱਤਾ ਲੋਕ ਸਕਾਣ ਦੂਜੀ ਗੱਲ ਵੇਖੀਏ ਤਾਂ ਐਫਆਈਆਰ ਕਟਾਈ ਗਈ ਹੈ ਇਹਨਾਂ ਦੇ ਫਾਦਰ ਸਾਹਿਬ ਦੇ ਬਿਆਨਾਂ ਦੇ ਪਰਚਾ ਦਸ ਕੀਤਾ ਗਿਆ ਵਜਾ ਰਾਂਜਿ ਨੇ ਲਿਖੀ ਗਈ ਆਕਰਕਰ ਤੁਸੀਂ ਕੋਈ ਪ੍ਰਸ਼ਾਸਨ ਦੱਸਿਆ ਵੀ ਆਹ ਬੰਦੇ ਨੇ ਜੋ ਵੀ ਥ੍ਰੈਟ ਦਿੰਦੇ ਸੀ ਜਾਂ ਕੋਈ ਧਮਕੀ ਦਿੰਦੇ ਸੀ ਲੇਕਿਨ ਐਫਆਈਆਰ ਜਿਸ ਤਰ੍ਹਾਂ ਦੀ ਕੋਈ ਗੱਲ ਲਿਖੀ ਗਈ ਹੈ ਐਫਆਈਆਰ ਦੇ ਵਿੱਚ ਦੇਖੋ ਜੀ ਜਿਹੜੀਆਂ ਪਰਿਵਾਰਕ ਤੌਰ ਤੇ ਗੱਲਾਂ ਸੀ ਉਹ ਨਹੀਂ ਪਰਿਵਾਰ ਨਾਲ ਉਹਨਾਂ ਨੇ ਕਦੇ ਕੀਤੀਆਂ ਕਿਉਂਕਿ ਦਰਮਿਆਨਾ ਪਰਿਵਾਰ ਆਪ ਜਜਬਾਤੀ ਨੌਜਵਾਨ ਜਿਹੜੇ ਸਿੱਖੀ ਤਰਜਮਾਨੀ ਦੀ ਗੱਲ ਕਰਨ ਵਾਲੇ ਆ ਉਹ ਮੋਸਟਲੀ ਪਰਿਵਾਰਾਂ ਦੇ ਵਿੱਚ ਉਹ ਗੱਲਾਂ ਨਹੀਂ ਕਰਦੇ ਜਿਹੜੀਆਂ ਬਾਹਰ ਉਹਨਾਂ ਨਾਲ ਪੇਪਰ ਦੀਆਂ ਸੋ ਉਹ ਘਟਨਾ ਦੇ ਵਿੱਚੋਂ ਜਿਵੇਂ ਉਹਦੇ ਕੋਲੇ ਖੇਤ ਬੰਦੇ ਆਏ ਕੰਮ ਕਰਦੇ ਕੋਲੇ ਆਏ ਰਾਹ 'ਚ ਬੰਦੇ ਆਏ ਉਹ ਉਹਨੇ ਆਪਣੇ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕੀਤੀਆਂ ਹੋਈਆਂ ਤੇ ਦੱਸੀਆਂ ਵੀ ਹੋਈਆਂ ਪਰ ਉਹ ਇਹ ਆ ਵੀ ਚਲੋ ਸਾਨੂੰ ਇਹ ਨਹੀਂ ਹੁੰਦਾ ਵੀ ਇੱਥੋਂ ਤੱਕ ਗੱਲ ਜਾਣੀ ਆ ਤੇ ਇਹ ਤਾਂ ਲਾਅ ਐਂਡ ਆਰਡਰ ਤੇ ਗੱਲ ਜਾਂਦੀ ਆ ਵੀ ਜੇ ਦਨ ਦਿਹਾੜੇ 6 ਵਜੇ ਦਾ ਟਾਈਮ ਆ ਅਕਸਰ ਬੰਦੇ ਕੋਈ ਪਹਿਲਾਂ ਦੋ ਦਿਨ ਰਾਉਂਡ ਅਪ ਕਰਕੇ ਗਏ ਹੋਣਗੇ ਕੋਈ ਚੈੱਕ ਕੀਤਾ ਹੋਊਗਾ 15-20 ਮਿੰਟ ਪਿੰਡ ਚ ਰਹੇ ਆ ਗੋਲੀਆਂ ਮਾਰ ਕੇ ਸ਼ਰੇਮ ਜਾ ਰਹੇ ਆ ਤਾਂ ਇਹ ਕਿਤੇ ਨਾ ਕਿਤੇ ਜਿਹੜੀ ਵੱਡੀ ਸਾਜ਼ਿਸ਼ ਦਾ ਹਿੱਸਾ ਸੋ ਇਸ ਨੂੰ ਬੇਨਕਾਬ ਕਰਨ ਦੇ ਲਈ ਪੁਲਿਸ ਆ ਜਿਹੜਾ ਆਪਣਾ ਕੰਮ ਕਰੇ ਦੋਸ਼ੀਆਂ ਨੂੰ ਫੜੇ ਜਿਹੜੇ ਕੁੜੀਆਂ ਮਾਰ ਕੇ ਗਏ ਆ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਦੇ ਉੱਤੇ ਕਾਰਵਾਈ ਕਰੇ। ਬਿਲਕੁਲ ਪੁਲਿਸ ਲਗਾਤਾਰ ਕਈ ਬੰਦੇ ਨੂੰ ਰੌਂਡ ਅਪ ਕਰ ਰਹੀ ਹੈ। ਕੋਈ ਬੰਦਾ ਰੇਡਾਂ ਕੀਤੀਆਂ ਜਾ ਰਹੀਆਂ ਨੇ ਤੇ ਲੇਕਿਨ ਆਖਰਕਾਰ ਤੁਹਾਨੂੰ ਕੋਈ ਬੰਦੇ ਮਿਲਾਈ ਜਾਂ ਦਿਖਾਈ ਭਈ ਆ ਵਿਅਕਤੀ ਨੂੰ ਪਛਾਣ ਕਰੋ ਜਾਂ ਜੇ ਸੀਸੀਟੀਵੀ ਤੁਸੀਂ ਵੇਖੀ ਹੋਵੇ ਲਾਸਟ ਕਿੱਥੇ ਹੋ ਜਾਂਦੀ ਆ। ਆ ਸੀਸੀਟੀਵੀ ਜਿਹੜੀ ਦੇਖੀ ਆ ਉਹ ਤਕਰੀਬਨ ਆਪਣਾ ਕੋੜਕਪੂਰਾ ਰੋਡ ਬਠਿੰਡਾ ਕੋੜਕਪੂਰਾ ਰੋਡ ਤੋਂ ਪਿੰਡਾਂ ਵਿੱਚ ਦੀ ਹੋ ਕੇ ਹਰੀਨੋ ਪਹੁੰਚਦੇ ਆ। ਇੱਥੋਂ ਤੱਕ ਦੀ ਜਿਹੜੀ ਸੀਸੀਟੀਵੀ ਆ ਉੱਥੋਂ ਉਹਨਾਂ ਦੀ ਐਂਟਰੀ ਹੁੰ ਦੂਸਰੀ ਗੱਲ ਇਹ ਆ ਕਿ ਅਸੀਂ ਉਹ ਬੰਦਿਆਂ ਨੂੰ ਜਿਹੜੇ ਰਾਉਂਡ ਅਪ ਕੀਤੇ ਆ ਨਾ ਤਾਂ ਉਹਨਾਂ ਨਾਲ ਅਸੀਂ ਮਿਲਣਾ ਚਾਹੁੰਦੇ ਆ ਨਾ ਅਸੀਂ ਦੇਖਣਾ ਚਾਹੁੰਦੇ ਆ ਉਹਦਾ ਕਾਰਨ ਇਹ ਆ ਕਿ ਕਿਉਂਕਿ ਅਸੀਂ ਨਹੀਂ ਚੁਕਾਏ ਉਹ ਅਸੀਂ ਨਹੀਂ ਕਿਸੇ ਦਾ ਨਾਮ ਲੈ ਕੇ ਕਿਹਾ ਵੀ ਉਹਨਾਂ ਨੂੰ ਰਾਉਂਡ ਅਪ ਕਰੋ ਉਹ ਪੁਲਿਸ ਆਪਣੀ ਇਨਵੈਸਟੀਗੇਸ਼ਨ ਚ ਕਰ ਰਹੀ ਹੈ ਸਾਡੇ ਬੰਦੇ ਵੀ ਰਾਉਂਡ ਅਪ ਕੀਤੇ ਉਹਨਾਂ ਨੇ ਜਿਹੜੇ ਅਸੀਂ ਨਾਲ ਰਹਿੰਨੇ ਆ ਉਹਨਾਂ ਤੋਂ ਵੀ ਪੁੱਛਗਛ ਹੋ ਰਹੀ ਆ ਜਿਹੜੇ ਉਹਦੇ ਨਾਲ 24 ਘੰਟੇ ਰਹਿਣ ਵਾਲੇ ਬੰਦੇ ਆ ਕਿਉਂਕਿ ਪੁਲਿਸ ਦਾ ਜੇਕ ਐਜ਼ ਇਨਵੈਸਟੀਗੇਸ਼ਨ ਦੇਖੀਏ ਤਾਂ ਨਜ਼ਰੀਆ ਹਰ ਇੱਕ ਦੇ ਉੱਤੇ ਸ਼ੱਕਲਾ ਸੋ ਅਸੀਂ ਉਹਦੇ ਚ ਇੰਟਰਫੀਅਰੈਂਸ ਨਹੀਂ ਕਰਨਾ ਚ ਬਾਪ ਨੂੰ ਆਪਦੇ ਪੁੱਤ ਨੇ ਮਾਰਿਆ ਕੁਝ ਕੁ ਪੈਸਿਆਂ ਦੇ ਕਰਕੇ ਤੇ ਦਿਖਾਇਆ ਇਹ ਗਿਆ ਕਿ ਬਹੁਤ ਵੱਡਾ ਮਤਲਬ ਇੱਥੇ ਹਮਲਾ ਹੋਇਆ ਸੋ 2-3 ਦਿਨਾਂ ਦੇ ਵਿੱਚ ਜਦੋਂ ਕਤਰ ਨਿਕਲ ਕੇ ਆਇਆ ਤੇ ਉਹ ਨਿਕਲਿਆ ਕਿਹੜਾ ਉਹਦਾ ਪੁੱਤ ਸੋ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਚ ਇੰਟਰਫੀਰੈਂਸ ਦੇ ਵਿੱਚ ਨਹੀਂ ਜਾਵਾਂਗੇ ਉਹਦੇ ਚ ਕੋਈ ਰੁਕਾਵਟ ਨਹੀਂ ਪਾਵਾਂਗੇ ਸਾਨੂੰ ਸਾਡੇ ਬੰਦੇ ਦੇ ਕਾਤਲ ਚਾਹੀਦੇ ਉਹ ਚਾਹੇ ਕੋਈ ਵੀ ਹੋਣ ਚਾਹੇ ਪਰਿਵਾਰ ਚੋਂ ਆ ਚਾਹੇ ਪਰਿਵਾਰ ਤੋਂ ਬਾਹਰ ਆ ਚਾਹੇ ਉਹ ਕੋਈ ਗੈਂਗਸਟਰ ਆ ਚਾਹੇ ਕੋਈ ਹੋਰ ਆ ਤਾਂ ਉਹਦੇ ਤੇ ਉਹ ਕਾਰਵਾਈਆਂ ਹੋਣੀਆਂ ਚਾਹੀਦੀਆਂ ਬਿਲਕੁਲ ਜਿਹੜਾ ਨਾਮ ਲੈ ਰਹੇ ਸੀ ਇੱਕ ਬਗੇਸ਼ ਸਿੰਘ ਤੇ ਅੰਦਰ ਜਿਹਦਾ ਪਿੱਪਲ ਸਿੰਘ ਦਾ ਨਾਮ ਲੈ ਰਹੇ ਸੀ ਅਮਰਤ ਉਹਦਾ ਕੀ ਰੋਲ ਵਿੱਚ ਇਹ ਸੋਸ਼ਲ ਮੀਡੀਆ ਦੇ ਉੱਤੇ ਬਕਾਇਦਾ ਨਾਮ ਲਿਖ ਕੇ ਕਿਹਾ ਗਿਆ ਕਿ ਤੁਹਾਨੂੰ ਦੇਖਾਂਗੇ ਉਹ ਚ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਹਦੇ ਚ ਇਹੀ ਉਹ ਬੋਲਿਆ ਗਿਆ ਉਹਦੇ ਵੱਲੋਂ ਸੋ ਪਰਿਵਾਰ ਅ ਹਰ ਇੱਕ ਬੰਦਾ ਸ਼ੱਕੀ ਆ ਸੋ ਜਿਹੜੇ ਬੰਦੇ ਨੇ ਸਿੱਧੀ ਧਮਕੀ ਦਿੱਤੀ ਉਹਦਾ ਤਾਂ ਫਿਰ ਸੁਭਾਵਿਕ ਜੀ ਗੱਲ ਆ ਬੰਦੇ ਦੇ ਮਾਈਂਡ ਚ ਆਉਂਦਾ ਵੀ ਇੱਕ ਬੰਦੇ ਨੇ ਕਹਿ ਦੇਣਾ ਤੇ ਉਸ ਤੋਂ ਬਾਅਦ ਉਹ ਚੀਜ਼ ਚੀਜ਼ ਤੇ ਇਨਜਾਮ ਹੋ ਜਾਣਾ ਉਹ ਚੀਜ਼ ਹੋ ਜਾਣੀ ਤਾਂ ਫਿਰ ਕਿਤੇ ਨਾ ਕਿਤੇ ਉਹ ਸ਼ਾਇਦ ਇਹਨਾਂ ਦਾ ਆਪਣਾ ਜਿਹੜੇ ਗਰੁੱਪ ਚ ਅਮਰਉਤਪਾਲ ਦੇ ਨਾਲ ਗੁਰਪ੍ਰੀਤ ਸਿੰਘ ਸੀਗੀ ਉਸ ਗਰੁੱਪ ਚੋਂ ਨੌਜਵਾਨ ਅਤੇ ਉਹ ਅੱਜ ਬਾਹਰ ਬੈਠੇ ਆ ਤਾਂ ਉਹਨਾਂ ਨੇ ਉਹ ਸੋਸ਼ਲ ਮੀਡੀਆ ਜਰੀਏ ਕੋਈ ਉਹਨਾਂ ਦੀ ਕਨਵਰਸੇਸ਼ਨ ਹੋਈ ਸੀ ਉਸ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜੀ ਉਹਨੂੰ ਧਮਕੀ ਦਿੱਤੀ ਹੋਈ ਆ ਬਿਲਕੁਲ ਕੀ ਆਖਰਕਾਰ ਦੱਸ ਜਾਈਏ ਕਿ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਤਾਂ ਸੁਖਰਾ ਸਿੰਘ ਨੇ ਕਹਾ ਕਿ ਪੁਲਿਸ ਪ੍ਰਸ਼ਾਸਨ ਨਾ ਹਰ ਇੱਕ ਵਿਅਕਤੀ ਪੁੱਛ ਕੇ ਚੱਕ ਰਿਹਾ ਜਿਨ੍ਹਾਂ ਦਾ ਕੋਈ ਸ਼ੱਕ ਜੀ ਚਾਹੇ ਉਹ ਸਾਡੇ ਨੇੜ ਦੇ ਨੇ ਚਾਹੇ ਸਾਡੇ ਤੋਂ ਦੂਰ ਦੇ ਨੇ ਤਾਂ ਅਸੀਂ ਉਸ ਦੇ ਕੰਮ 'ਚ ਕੋਈ ਇੰਟਰਫੇਰੈਂਸ ਨਹੀਂ ਕਰਨਾ ਚਾਹੁੰਦੇ ਤਾਂ ਲੇਕਿਨ ਦੂਸਰੇ ਪਾਸੇ ਗੱਲ ਕਰੀਏ ਤਾਂ ਪੁਲਿਸ ਜਿਹੜੀ ਉਹ ਵੀ ਪੂਰੀ ਤਰ੍ਹਾਂ ਦਾ ਕੰਮ ਕਰ ਰਹੀ ਹੈ ਤਾਂ ਸ਼ਮਸ਼ੇਰ ਸਿੰਘ ਡੀਐਸਪੀ ਮੁਕੇ ਤੇ ਪਹੁੰਚਣਾ ਜ਼ਰੂਰ ਗੱਲ ਕਰ ਰਹੇ ਡਾਕਟਰ ਸਾਹਿਬ ਕਿਸ ਤਰ੍ਹਾਂ ਦੀ ਹੁਣ ਗੱਲ ਕਰੀਏ ਕਾਰਜ ਚੱਲ ਰਹੀ ਹੈ ਸੰਤੁਸ਼ਟੀ ਜਤਾ ਰਹੇ ਬੱਸ ਉਹਨਾਂ ਸਭ ਕਿਸ ਤਰ੍ਹਾਂ ਦੀ ਕ ਨਲ ਲੱਗੇ ਹੋਇਆ ਐਸਐਸਪੀ ਸਾਹਿਬ ਖੁਦ ਹੈਡ ਕਰ ਰਿਹਾ ਸਾਰੇ ਨੂੰ ਤੇ ਉਹਨਾਂ ਦੀ ਮੋਨਿਟਰਿੰਗ ਦੇ ਵਿੱਚ ਮੈਂਟੂ ਮੈਂਟੂਨ ਨੂੰ ਰਿਪੋਰਟਿੰਗ ਜਿਹੜੀ ਆ ਹੋ ਰਹੀ ਹੈ ਜੀ ਸਾਰੀਆਂ ਚਿੰਤਰੀਏ ਕਲੈਕਟਿਵ ਕਰਕੇ ਜੀ ਕਪੜਾ ਸਾਹਿਬ ਕਿੰਨੇ ਕ ਵਿਅਕਤੀਆਂ ਨੂੰ ਇਹ ਤੋਂ ਪੁੱਛ-ਕਿਛ ਕੀਤੀ ਗਿਆ ਪਰਿਵਾਰ ਨੂੰ ਦੱਸਿਆ ਗਿਆ ਕਿ ਆਖਰਕਾਰ ਪੁਲਿਸ ਆ ਕੇ ਤਾਂ ਦਾ ਰੇਡ ਮਾਰ ਰਹੀ ਹੈ ਤੇ ਕਿੰਨੇ ਕ ਵਿਅਕਤੀਆਂ ਤੋਂ ਪੁੱਛਿਆ ਜਾ ਚੁੱਕੀ ਹੈ ਕਾਫੀ ਜੀ ਲਾਂਟਡ ਟੀਮਾਂ ਆਪਣਾ ਆਪਣਾ ਕੰਮ ਕਰ ਰਹੀਆਂ ਜੀ ਕਾਫੀ ਗਿਣਤੀ ਦੇ ਵਿੱਚ ਜਿਹੜੇ ਹੈ ਕੋਈ ਬੈਡ ਕੈਰੈਕਟਰ ਜਿਹੜੇ ਹੈਗੇ ਪਿੱਛੇ ਜਿਹੜੇ ਆਪਣੇ ਕੋਈ ਜਿਨ੍ਹਾਂ ਦਾ ਪਾਸਟ ਨਹੀਂ ਸਹੀ ਰਿਹਾ ਜੀ ਸਾਰ ਇੰਟਰੋਗੁਸ਼ਨ ਸਰ ਜੀ ਮੇਰਾ ਨਾਮ ਸੋਪੀ ਸਿੰਘ ਹੈ ਜੀ ਤੇ ਪਿਛਲੇ ਕੋਈ ਦਿਨਾਂ ਪਹਿਲਾਂ ਮੇਰੇ ਭਰਾ ਦਰਪੀ ਸਿੰਘ ਹਰੀਨਾਵ ਦਾ ਕਤਲ ਹੋਇਆ ਪਿੰਡ ਦੇ ਵਿੱਚ ਉਹ 2018 ਦੇ ਵਿੱਚ ਆਸ-ਪਾਸ ਉਹ ਖਸਾਨੀ ਮੋਰਚੇ ਦੇ ਵਿਰੇ ਦੁਬਈ ਸੀਗਾ ਉਹ ਉੱਥੇ ਕੰਮਕਾਰ ਕਰ ਰਹੇ ਸੀਗਾ ਉਹਦਾ ਤੇ ਦੁਬਈ ਉਹ ਖਸਾਨੀ ਮੋਰਚੇ ਦੇ ਦੌਰਾਨ ਬਾਈ ਦੀਪ ਸਿੱਧੂ ਜਦੋਂ ਆਉਂਦੇ ਆ ਤੇ ਉਹਨਾਂ ਦੀ ਜਿਹੜੀ ਨੇੜਤਾ ਉਹਨਾਂ ਦੇ ਨਾਲ ਹੋ ਜਾਂਦੀ ਹੈ ਉਹਨਾਂ ਕੋਲ ਪ੍ਰਭਾਵ ਹੁੰਦੇ ਆ ਉਸ ਤੋਂ ਬਾਅਦ ਬਾਈ ਦੀਪ ਸਿੱਧੂ ਦੇ ਕਹਿਣ ਤੇ ਉਹ ਉੱਥੇ ਆਪਦਾ ਵੀਜ਼ਾ ਨਹੀਂ ਵਧਾਉਂਦੇ ਤੇ ਇੱਥੇ ਆਉਂਦੇ ਆ ਦਸੰਬਰ 15 2021 ਨੂੰ ਬਾਈ ਦੀਪ ਸਿੱਧੂ ਦੇ ਨਾਮ ਨਾਲ ਰਲ ਕੇ ਜਿਹੜੀ ਆਪਣੀ ਜਥੇਬੰਦੀ ਬਣਾਉਂਦੇ ਵਾਰਸਪਿਆਵ ਦੇ ਉਹ ਜਥੇਬੰਦੀ ਦੇ 9 ਮੁਢਲੇ ਮੈਂਬਰਾਂ ਦੇ ਵਿੱਚੋਂ ਬਾਈ ਗੋਪੀ ਸਿੰਘ ਹਰੀਨੋ ਵੀ ਇੱਕ ਸੀਗੇ ਤੇ ਬਾਈ ਦੀਪ ਸਿੱਧੂ ਨੇ ਸਭ ਤੋਂ ਪਹਿਰੋ ਸਯੋਜਕ ਤੇ ਇਮਾਨਦਾਰ ਬੰਦਾ ਸਮਝਦੇ ਹੋਏ ਬਾਈ ਗੁਰਪ੍ਰੀਤ ਨੂੰ ਵਾਰਸਪਿਆਵ ਦੀ ਜਥੇਬੰਦੀ ਦਾ ਖਜ਼ਾਨਚੀ ਨਿਯੁਕਤ ਕੀਤਾ ਸੀਗਾ ਉਦੋਂ ਬਾਈ ਦੀਪ ਸਿੱਧੂ ਦੇ ਜਿਹੜੀ ਹੈਗੀ ਡੈਥ ਤੋਂ ਬਾਅਦ ਤੇ ਆਪਣਾ ਜਿਹੜਾ ਇੱਕ ਮੁੰਡਾ ਅਮਰਪਾਲ ਸਿੰਘ ਇੱਥੇ ਆਉਂਦਾ ਤੇ ਉਹਦੇ ਨਾਲ ਵੀ ਬਾਈ ਹੁਣੀ ਖੜਦੇ ਆ ਸਾਰੇ ਪਰ ਉਸ ਤੋਂ ਬਾਅਦ ਚੋਂ ਜਿਹੜੇ ਜਥੇਬੰਦੀ ਦੇ ਮੋਢਲੇ ਮੈਂਬਰ ਆ ਉਹਨਾਂ ਦੇ ਸੰਧਾਰਤਕ ਵਖਰੇਵੇਂ ਹੁੰਦੇ ਆ ਉਹਦੇ ਨਾਲ ਉਹ ਜਦੋਂ ਵਖਰੇਵੇਂ ਹੁੰਦੇ ਆ ਤੇ ਉਹ ਆਪਣਾ ਵਿਰੋਧ ਜਿਹੜਾ ਉਹ ਫੇਸਬੁੱਕ ਤੇ ਤੇ ਹੋਰ ਸਾਧਨਾਂ ਤੇ ਦਰਜ ਕਰਾਉਣਾ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਉਹ ਦਰਜ ਆਪ ਦਾ ਵਿਰੋਧ ਰੱਖਦੇ ਆ ਤੇ ਜਿਹੜੇ ਉਹਨਾਂ ਦੇ ਹਮੇਤੀ ਹੁੰਦੇ ਆ ਉਹਨਾਂ ਵੱਲੋਂ ਲਗਾਤਾਰ ਉਹਦੇ ਖਿਲਾਫ ਇੱਕ ਨਫ਼ਰਤ ਦਾ ਮਾਹੌਲ ਬਣਾਇਆ ਜਾਂਦਾ ਤੇ ਉਹਨਾਂ ਨੂੰ ਜਿਹੜੀ ਹੈਗੀ ਆ ਥ੍ਰੈਟ ਕੀਤਾ ਜਾਂਦਾ। ਬਾਈ ਦੇ ਕਤਲ ਤੋਂ ਪਹਿਲਾਂ ਵੀ ਇੱਕ ਦਿਨ ਪੀਪਲ ਸਿੰਘ ਨਾਂ ਦਾ ਜਿਹੜਾ ਬੰਦਾ ਹੈਗਾ ਆਸਟ੍ਰੇਲੀਆ ਤੋਂ ਉਹਨੇ ਬਾਈ ਨੂੰ ਧਮਕੀ ਦਿੱਤੀ। ਉਹ ਸਾਰਿਆਂ ਨੇ ਵੀਡੀਓ ਵੇਖ ਹੀ ਲਈ ਹੋਣੀ ਤੁਸੀਂ। ਉਸ ਤੋਂ ਬਾਅਦ ਕਤਲ ਹੋ ਜਾਂਦਾ ਬਾਈ ਦਾ। ਤੇ ਜਿਵੇਂ ਕਤਲ ਮੰਨ ਕੇ ਜਦੋਂ ਵੀ 6:20 ਦੇ ਆਸ-ਪਾਸ ਹੁੰਦਾ ਕਤਲ। ਤੇ ਸਾਨੂੰ ਖੁੱਦ ਜਦੋਂ ਡਾਕਟਰ ਉਹਨਾਂ ਨੂੰ ਮਰਤੇ ਕੋਸ਼ਤ ਕਰਦੇ ਆ 7:30 ਦੇ ਕਰੀਬ। ਪਰ ਇੱਕ ਜਿਹੜਾ ਪਿਆ ਸਪੈਕਟ੍ਰਮ ਨਾਂ ਦਾ ਜਿਹੜਾ ਪੇਜ ਆ ਉਹ ਕੁਝ ਬੰਦੇ ਜਿਹੜੇ ਵੀ ਚਲਾ ਰਹੇ ਆ। ਉਹ 615 ਦੇ ਕਰੀਬ ਹੀ ਸਾਰਾ ਕੁਝ ਪੋਸਟ ਬਣਾ ਕੇ ਪੋਸਟਰ ਬਣਾ ਕੇ ਉਹ ਬਾਈ ਇਹ ਇਹ ਸਾਬਤ ਕਰਦੇ ਵੀ ਪੰਚਾਇਤੀ ਜੂਨਾ ਦੇ ਨਾਲ ਜੋੜਨ ਇੱਕ ਨਰੇਟਿਵ ਸਿਰਜਣ ਦੀ ਜਿਹੜੀ ਹੈਗੀ ਆ ਉਹ ਪਹਿਲਾਂ ਹੀ ਇੱਕ ਕੋਸ਼ਿਸ਼ ਕਰਦੇ ਆ ਤੇ ਉਹ ਬਾਈ ਨੂੰ ਮੈਂ ਤੇ ਕੋਸ਼ਿਸ਼ ਕਰਦੇ ਹਾਂ ਹਾਲਾਂਕਿ ਸਾਨੂੰ ਬਾਅਦ ਚੋਂ ਪਤਾ ਲੱਗਦਾ ਡਾਕਟਰ ਵੀ ਬਾਅਦ ਚੋਂ ਕੋਸ਼ਿਸ਼ ਕਰਦੇ ਆ ਵੀ ਉਹ ਉਹ ਕਿੱਦਾਂ ਪਹਿਲਾਂ ਹੀ ਜਾਣਦੇ ਸੀਗੇ ਤੇ ਉਹਨਾਂ ਨੇ ਕੀ ਕਰਨਾ ਵੀ ਇਹ ਜਿਹੜਾ ਪੰਚਾਇਤੀ ਜੂਨਾ ਦੇ ਨਾਲ ਜਿਹੜੀ ਜੋੜਨ ਦੀ ਉਹਨਾਂ ਨੂੰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਸਾਡੇ ਪਿੰਡ ਦੇ ਜਿੰਨੇ ਵੀ ਪੰਚ ਦੇ ਉਮੀਦਵਾਰ ਹੈਗੇ ਆ ਤੇ ਸਰਪੰਚੀ ਦੇ ਉਮੀਦਵਾਰਾ ਸਾਰੇ ਇਹ ਗੱਲ ਕਹਿ ਚੁੱਕੇ ਆ ਸਾਡੇ ਕਿਸੇ ਨਾਲ ਵੈਸੇ ਵੀ ਕੋਈ ਲੜ-ਡੱੜ ਨਹੀਂ ਹੈਗੀ ਸੀ ਕਿ ਤੁਸੀਂ ਕਿਸੇ ਵੀ ਪਿੰਡ ਆਪਣੇ ਪਿੰਡ ਦੇ ਵਿੱਚੋਂ ਪਤਾ ਕਰ ਸਕਦੇ ਹੋ ਤੇ ਇਹ ਬਿਲਕੁਲ ਗਲਤ ਪਾਸੇ ਕੇਸ ਲਿਆਇਆ ਜਾ ਰਿਹਾ ਉਸ ਤੋਂ ਬਾਅਦ 20 ਬੰਦਿਆਂ ਨੂੰ ਹੋਰ ਹਿੱਟ ਲਿਸਟ ਤੇ ਰੱਖਿਆ ਗਿਆ ਹੈਗਾ ਤੋਂ ਸਰਕਾਰ ਨੂੰ ਇਹ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਜਦੋਂ ਇੰਨੀ ਹਿੱਟ ਲਿਸਟ ਤੇ ਉਹ ਕਹਿ ਹੀ ਦਿਆ ਵੀ 20 ਬੰਦੇ ਅਸੀਂ ਹੋਰ ਕਤਲ ਕਰਨੇ ਆ ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਵੀ ਉਹ ਬੰਦੇ ਕਾਹ ਤੋਂ ਨਹੀਂ ਮੰਨ ਗਏ ਜਿਹੜਾ ਦੱਸੇ ਵੀ ਕਿੱਥੋਂ ਉਹਨਾਂ ਨੂੰ ਇਹ ਚੀਜ਼ ਮਿਲੀ ਆ ਵੀ ਕਿਹੜੇ ਬੰਦੇ ਆ ਜਿਹੜੇ ਇਹ ਕਤਲ ਕਰਨੇ ਚਾਹੁੰਦੇ ਜਾਂ ਕੀ ਹਸਤਾ ਸੋ ਅਸੀਂ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਦਿੱਤੀ ਪਰਿਵਾਰ ਵੱਲੋਂ ਕੋਈ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਗਿਆ ਅਸੀਂ ਤਾਂ ਸਿਰਫ ਇਹ ਗੱਲ ਰੱਖ ਰਹੇ ਆ ਬਈ ਬਾਈ ਗੁਰਪ੍ਰੀਤ ਹਰੀਨੋਂ ਪਿਛਲੇ ਕਿੰਨੇ ਲੰਮੇ ਸਮੇਂ ਤੋਂ ਆਪ ਦਾ ਨਫਾ ਨੁਕਸਾਨ ਬਿਨਾਂ ਦੇਖੇ ਤੇ ਬਾਈ ਸੁਖਰਾਜ ਦੇ ਨਾਲ ਲੰਮੇ ਸਮੇਂ ਤੋਂ ਬਰਗਾਦੀ ਮੋਰਚੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਆਦਮੀ ਜਨ ਇਨਸਾਫ ਲਈ ਧਰਨੇ ਤੇ ਸੀਗਾ ਸੰਘਰਸ਼ ਕਰ ਰਿਹਾ ਹੁਣ ਤਿੰਨ ਸਰਕਾਰਾਂ ਬਦਲ ਗਈਆਂ 10 ਸਾਲ ਹੋ ਗਏ ਆ ਅੱਜ 2024 ਆ 2015 ਦੀ ਘਟਨਾ ਹੋਈ ਆ ਹਨਾ ਤੇ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਸੋ ਅਸੀਂ ਕਿਹੜੇ ਵਿਹਾਵ ਤੇ ਜਿਹੜਾ ਹੈਗਾ ਵੀ ਸਟੇਟ ਦੇ ਉੱਪਰ ਹਸਾ ਕਰ ਗਏ ਤੇ ਸੰਸਕਾਰ ਕਰਦ ਗਏ ਸੋ ਅਸੀਂ ਇਹੀ ਅਪੀਲ ਕਰਦੇ ਆਂ ਵੀ ਛੇਤੀ ਤੋਂ ਛੇਤੀ ਜਿਹੜੇ ਉਹ ਕਾਤਲ ਆ ਉਹਨਾਂ ਤੱਕ ਪਹੁੰਚਿਆ ਜਾਵੇ ਤੇ ਸਿਰਫ ਉਥੋਂ ਤੱਕ ਨਾ ਉਹਨਾਂ ਨੂੰ ਫੜ ਕੇ ਪੁੱਛਿਆ ਜਾ ਵੀ ਕਿਹੜੇ ਬੰਦਿਆਂ ਨੇ ਉਹਨਾਂ ਨੂੰ ਭੇਜਿਆ ਤੇ ਕੀ ਗਾਰਨਾ ਵੀ ਜਿਹੜਾ ਉਹਦਾ ਕਤਲ ਕਰਵਾਇਆ ਗਿਆ ਤੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਸੀਤੂ ਤੋਂ ਸੀਤੀ ਜਿਹੜੇ ਉਹ ਕਾਤਲ ਫੜੇ ਜਾਂ ਤਾਂ ਉਹਨਾਂ ਤੋਂ ਇਹ ਚੀਜ਼ ਦਾ ਪੁੱਛਿਆ ਜਾ ਵੀ ਕੌਣ ਸੀਗੇ ਉਹ ਬੰਦੇ ਉਹ ਬੰਦੇ ਆਈਡੈਂਟੀਫਾਈ ਕੀਤੇ ਜਾਣ ਪੀਪਲ ਸਿੰਘ ਕੋਣ ਵਿਅਕਤੀ ਹੈਗਾ ਕਿਹਦਾ ਸਬੰਧ ਨੇ ਉਹਦੇ ਕਿਦਾਂ ਰਸਦ ਕੀ ਹੈ ਇਹ ਇਹ ਅਮਿਤਪਾਲ ਸਿੰਘ ਹੋਣਾਂ ਦੀ ਨਜ਼ਦੀਕੀ ਹੈ ਜੀ ਤੇ ਬਾਕੀ ਇਹ ਬਾਕੀ ਤਾਂ ਉਹਨਾਂ ਨੇ ਛਾਂ ਮੀਨ ਕਰਨੀ ਆ ਅਸੀਂ ਤਾਂ ਜਿਹੜੀ ਸਾਡੇ ਕੋਲੇ ਜਿਵੇਂ ਵੀਡੀਓ ਆ ਗਈ ਹੈ ਅਸੀਂ ਉਹ ਸਾਰੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਧਮਕੀਆਂ ਦਿੱਤੀਆਂ ਜਿਹੜੇ ਵੀ ਜਰੀਏ ਦਿੱਤੀਆਂ ਹਨ ਕਿਸੇ ਵੀ ਤਰੀਕੇ ਉਹ ਅਸੀਂ ਸਾਰਾ ਕੁਝ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਦੇ ਚੁੱਕੇ ਆ ਤੇ ਇਹ ਹੁਣ ਅਗਲੀ ਕਾਰਵਾਈ ਆ ਉਹ ਉਹਨਾਂ ਨੇ ਕਰਨੀ ਆ ਅਸੀਂ ਕਹਿ ਨਹੀਂ ਅਸੀਂ ਕਿਸੇ ਨੂੰ ਨਹੀਂ ਕਹਿ ਰਿਹਾ ਵੀ ਕਿਹਨੇ ਕੀਤਾ ਕਿਹਨੇ ਕਰਾਇਆ ਸਾਨੂੰ ਕੁਝ ਨਹੀਂ ਪਤਾ ਕਿੰਨੇ ਦਿਨ ਹੋ ਗਏ ਕਤਲ ਨੂੰ ਅੱਜ ਅਸੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਕੋਈ ਅਸੀਂ ਸਟੇਟਮੈਂਟ ਨਹੀਂ ਦਿੱਤੀ ਨਾ ਹੀ ਪਰਿਵਾਰਾਨੀਓ ਕੋਈ ਆਈ ਹੈ ਸਾਡੇ ਨਾਲ ਅਸੀਂ ਤਾਂ ਸਿਰਫ ਇਸ ਚੀਜ਼ ਦੀ ਵੇਟ ਕਰ ਰਹੇ ਹਾਂ ਕਿ ਜਦੋਂ ਅਸੀਂ ਸਾਰਾ ਕੁਝ ਉਹਨਾਂ ਨੂੰ ਦੇ ਚੁੱਕੇ ਹਾਂ ਉਹ ਉਹਦੇ باوجود ਵੀ ਜਿਹੜੇ ਸਾਡੇ ਬੰਦੇ ਆ ਪੁਲਿਸ ਪ੍ਰਸ਼ਾਸਨ ਸਾਡੇ ਬੰਦਿਆਂ ਨੂੰ ਚੱਕ ਚੱਕ ਕੇ ਜਿਹੜਾ ਮੰਨ ਕੇ ਚੁਰ ਇੱਕ ਉਹਨਾਂ ਨੂੰ ਤਸ਼ਾਦਦ ਕਰ ਰਿਹਾ ਤੇ ਪਰਿਵਾਰ ਪਹਿਲਾਂ ਹੀ ਇੱਕ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਤੇ ਪਰ ਫਿਰ ਵੀ ਜੇ ਹੁਣ ਸਾਡੇ ਬੰਦੇ ਹੀ ਤੁਸੀਂ ਚੱਕ ਚੱਕ ਕੇ ਉਹਨਾਂ ਨੂੰ ਟਾਰਗੇਟ ਕਰੀ ਜਾਓਗੇ ਸਿਆਜ਼ਤ ਕਰੀ ਜਾਓਗੇ ਤਾਂ ਇਹ ਇੱਕ ਤਰ੍ਹਾਂ ਉੱਤੇ ਸਿੱਧੇ ਤੌਰ ਤੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸਸਕਾਰਸ਼ੇ ਦੀ ਕਰਨ ਦਾ ਪਰ ਅਸੀਂ ਉਦੋਂ ਤੱਕ ਪੋਸਟਮਾਰਟਮ ਵੀ ਨਹੀਂ ਕਰਵਾਵਾਂਗੇ ਜਦੋਂ ਤੱਕ ਉਹ ਕਾਤਲ ਫੜੇ ਨਹੀਂ ਜਾਂਦੇਗੇ ਤੇ ਜਿਹੜੇ ਉਹ ਕਾਤਲਾਂ ਨੂੰ ਭੇਜਣ ਵਾਲੇ ਉਹ ਬੰਦੇ ਫੜੇ ਨਹੀਂ ਜਾਂਦੇ ਅਸੀਂ ਬਸ ਅ ਇਸ ਸਮੇਂ ਤੱਕ ਇਹੀ ਗੱਲ ਕਹਿਣੀ ਚਾਹੁੰਦੇ ਆ ਤੇ ਇਸ ਤੋਂ ਬਾਅਦ ਜੋ ਵੀ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਤੇ ਜਾਂ ਅਸੀਂ ਆਪਣੇ ਵਕੀਲ ਸਾਹਿਬ ਦੇ ਨਾਲ ਗੱਲਬਾਤ ਕਰਕੇ ਉਹ ਅਗਲੀ ਗੱਲ ਵਾਈ ਰੱਖਾਂਗੇ ਇਹ ਅਸੀਂ ਦੱਸਾਂਗੇ ਜੀ ਬਾਅਦ ਚੋਂ ਅਸੀਂ ਹਜੇ ਤੱਕ ਕੋਈ ਪ੍ਰਸ਼ਾਸਨ ਦੇ ਉਸ ਤਰੀਕੇ ਦਾ ਦਬਾਅ ਨਹੀਂ ਪਾਇਆ ਤੇ ਅਸੀਂ ਸਿਰਫ ਅੱਜ ਤੱਕ ਹਾਂਜੀ ਅਸੀਂ ਸਿਰਫ ਇਸ ਟਾਈਮ ਤੱਕ ਸਿਰਫ ਇੰਨੀ ਹੀ ਗੱਲ ਕਰਨਾ ਚਾਹੁੰਦੇ ਆ ਇਤੋਂ ਵੱਧ ਗੱਲਬਾਤ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇੰਨੀ ਗੱਲ ਰੱਖਣੀ ਜ਼ਰੂਰੀ ਸਮਝੀ ਸੀ ਕਿਉਂਕਿ ਕੁਝ ਬੰਦੇ ਗਲਤ ਤਰੀਕੇ ਦਾ ਜਿਹੜਾ ਹੈਗਾ ਉਹ ਨਰੇਟਿਵ ਇੱਕ ਸਰਜ ਰਹਿ ਜਾ ਹਾਲਾਂਕਿ ਸਾਡੇ ਨੂੰ ਜਦੋਂ ਕੋਈ ਕਿਸੇ ਦਾ ਨਾਂ ਨਹੀਂ ਲਿਆ ਗਿਆ ਕੋਈ ਗੱਲਬਾਤ ਨਹੀਂ ਹੈਗੀ ਪਰ ਕੌਣ ਆ ਬੰਦੇ ਤੇ ਉਹਨਾਂ ਦਾ ਕਤਲ ਕਰਨ ਦੇ ਵਿੱਚ ਕੀ ਫਾਇਦਾ ਤੇ ਕਤਲ ਕਰਨ ਤੋਂ ਬਾਅਦ ਜਿਹੜਾ ਉਹਦੇ ਵਿਰੋਧ ਦੇ ਵਿੱਚ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਉਹਦਾ ਫਾਇਦਾ ਕਿਹਨੂੰ ਹੋ ਰਿਹਾ ਸੋ ਇੰਨੀ ਗੱਲ ਬਾਤ ਹੈ